ਪਰ 3-4 ਮਹੀਨੇ ਬਣਾ ਕੇ, ਕਿਉਂਕਿ ਪਹਿਲੀ ਪਤਾ ਸੀ ਕਿ ਮੋਟਾ ਲੈ ਲਈ ਬਾਅਦ ਦੇਖਦੇ ਇਹਨਾਂ ਨੂੰ ਕੌਣ ਪੁੱਛਦਾ। ਤੇ ਇੱਥੇ ਪਰਚੇ ਕੱਟਣ ਲੱਗ ਗਏ ਕੀ ਕਰ ਸਕਦੇ ਆ, ਵੋਟਾਂ ਵਾਪਸ ਲੈ ਨਹੀਂ ਸਕਦੇ ਆਪਾਂ, ਜਿਵੇਂ ਆਪਾਂ ਹੁਣ ਉਧਰ ਦੂਜੇ ਪਾਸੇ ਵੋਟਾਂ ਵਾਪਸ ਲੈਣ ਨੂੰ ਫਿਰਦੇ, ਹੁਣ ਨਹੀਂ ਮਿਲਦੀਆਂ ਉਹ ਤਾਂ ਹੁਣ ਨਵੀਂ ਵੋਟੀ ਹੋਊਗੀ। ਤਾਂ 4 ਮਹੀਨਿਆਂ ਦੇ ਵਿੱਚ ਚੱਲ ਪਿਆ 7 ਸਾਲ ਦੀ ਮਿਆਦ। ਤਾਂ ਮੈਂ ਪਾਰਲੀਮੈਂਟ ਦੇ ਵਿੱਚ ਮੁੱਦਾ ਉਠਾਇਆ ਕਿ ਜੀ ਮੈਨੂੰ ਇਹ ਦੱਸੋ, ਜਗ੍ਹਾ ਜਗ੍ਹਾ ਟੋਲ ਪਲਾਜ਼ੇ ਲੱਗ ਗਏ, ਇਹ ਟੋਲ ਪਲਾਜ਼ਾ ਕਿੰਨੇ ਪੈਸੇ ਲੈਂਦਾ ਸੀ? ਸਿੰਗਲ ਦੇ ਕਾਰ ਦੇ 60 ਰੁਪਏ, ਆਉਣ ਜਾਣ ਦੇ 90, ਜਿਹੜੇ ਲਾਈਟ ਕਮਰਸ਼ੀਅਲ ਵਹੀਕਲ ਨੇ ਉਹਨਾਂ ਦਾ 95, ਜਾਣ ਦੇ ਜੇ ਡਬਲ ਲੈਣਾ 145, ਬੱਸ ਟਰੱਕ ਜਿਹੜੇ 2XL ਵਾਲੇ ਨੇ 200 ਰੁਪਈਆ ਇੱਕ ਵਾਰ ਦਾ, 295 ਆਉਣ ਜਾਣ ਦਾ, 3XL 210 ਇੱਕ ਵਾਰ ਦੇ, 320 ਆਉਣ ਜਾਣ ਦੇ, 4-6XL ਵਾਲੇ 310 ਇਕੱਲੇ ਜਾਣ ਦੇ, 460 ਆਉਣ ਜਾਣ ਦੇ, ਤੇ ਵੱਡੇ ਸਾਈਜ਼ ਦੇ 6-7XL ਵਾਲੇ ਜਿਹੜੇ ਟਰੱਕ ਚੱਲਦੇ ਨੇ ਜਾਂ ਵਹੀਕਲ ਚੱਲਦੇ ਨੇ 375 ਇਕੱਲੇ ਜਾਣ ਦੇ, 565 ਆਉਣ ਜਾਣ ਦੇ। ਇਹ ਰੇਟ ਵੀਰੋ, ਜਦੋਂ ਇਹ ਕਿਹੜਾ ਇਕੱਲਾ ਹੈ, ਇੱਧਰ ਨੂੰ ਚੱਲ ਜਾਓ ਉੱਧਰ ਨੂੰ ਹੈ, ਇੱਧਰ ਨੂੰ ਹੋ ਜਾਓਗੇ ਉੱਧਰ ਨੂੰ ਹੈ, ਇੱਧਰ ਨੂੰ ਹੋ ਜਾਓਗੇ ਇੱਧਰ ਨੂੰ ਹੈ, ਇੱਧਰ ਨੂੰ ਤੁਰ ਪੋ ਹੋਰ। ਜਦੋਂ ਇੰਨਾ ਟਰੱਕਾਂ ਵਾਲਿਆਂ ਨੂੰ ਦਿੱਲੀ ਤੋਂ ਚੱਲਦੇ ਨੇ, ਮਹਾਰਾਸ਼ਟਰ ਤੋਂ ਚੱਲਦੇ ਨੇ, ਗੁਜਰਾਤ ਚੋਂ ਚੱਲਦੇ ਨੇ, ਚੇਨਈ ਤੋਂ ਚੱਲਦੇ ਨੇ, ਜਦੋਂ ਟੈਕਸ ਦਿੰਦੇ ਹੀ ਆਉਂਦੇ ਨੇ, ਉਹ ਚੀਜ਼ ਜਿਹੜੀ 5 ਰੁਪਈਆਂ ਦੀ ਹੁੰਦੀ ਹੈ ਇੱਥੇ ਆ ਕੇ 95 ਰੁਪਈਆਂ ਦੀ ਹੋ ਜਾਂਦੀ ਹੈ। ਕਿਉਂਕਿ ਇਹ ਟੋਲ ਪਲਾਜ਼ਾ ਦੇ ਪੈਸੇ ਜਿਹੜੇ ਨੇ ਉਹ ਤਾਂ ਵਪਾਰੀ ਨੇ ਤਾਂ ਇਹ ਕਹਿਣਾ ਜੀ ਇੰਨੇ ਟੋਲ ਪਲਾਜ਼ੇ ਦੇ ਲੱਗਦੇ ਨੇ, ਮੈਂ ਤਾਂ ਰੇਟ ਵਧਾਉਂਦਾ, ਕਰ ਕਰਾ ਕੇ ਕਿਤੇ ਨਾ ਕਿਤੇ ਗੱਲ ਆਪਣੇ ਤੇ ਆ ਕੇ ਨਿਬੜਦੀ ਹੈ। 7 ਸਾਲ ਹੋ ਗਏ ਚਲਾ ਲਿਆ, 2017 ਚ ਵੋਟਾਂ ਪਈਆਂ ਤਾਂ ਕਾਂਗਰਸ ਜਿੱਤ ਗਈ, ਜਿੱਤਣ ਸਾਰੇ ਗੱਲ ਲੋਕਾਂ ਚ ਫੈਲ ਗਈ, ਜਾਂ ਇਲਜ਼ਾਮ ਕਹਿ ਲਓ ਵੀ ਜਿਹੜਾ ਨਵਾਂ ਜੇ ਪਿਆ ਲਿਆ ਉਹਨੇ ਹਿੱਸਾ ਪਾ ਲਿਆ, ਲੈ ਵੀ 2 ਰੁਪਏ ਹੁੰਦੇ ਨੇ, ਕਿੱਥੇ ਜਾਵੇ ਘਰ ਕਰੇ ਕਹਿਣ ਵੀ ਨਹੀਂ ਹੈਗੇ ਜਾਂ ਫਲਾਨਾ ਧਿੰਦਾ, ਇੱਧਰ ਵੀ ਸੜਕ ਜੀ ਵੀ ਬਣਾਈ ਉਹ ਕਹਿੰਦੇ ਨਾ, ਜੋ ਮਰਜ਼ੀ ਕਰੀ ਚੱਲ ਹੁਣ ਤਾਂ ਹੈਗੇ ਨੇ ਕਰੇ, ਜਿਹੜੀ ਗੱਲ ਜੱਟ ਗਈ। ਸੋ ਵੀਰੋ, ਸੰਗਰੂਰ ਤੋਂ ਲੁਧਿਆਣੇ ਜਾਣਾ 70 ਕਿਲੋਮੀਟਰ, 2 ਨੇ ਇੱਕ ਅਹਿਮਦਗੜ੍ਹ ਦੇ ਪਰਲੇ ਪਾਸੇ, ਜਾਣੀ ਕਿ ਉਨੇ ਦਾ ਹੀ ਡੀਜ਼ਲ ਲੱਗਦਾ, ਉਨੇ ਦੇ ਹੀ ਟੋਲ ਪਲਾਜ਼ੇ, ਜਾਣੀ ਕਿ ਆਪਾਂ ਡੀਜ਼ਲ ਜਿਹੜਾ ਪਵਾ ਰਹੇ ਹਾਂ ਦੁੱਗਣੇ ਰੇਟ ਤੇ ਪਵਾ ਰਹੇ ਹਾਂ, ਕਿਉਂਕਿ ਉਨੇ ਪੈਸੇ ਹੋਰ ਦੇਣੇ ਪੈਣਗੇ ਸੜਕ ਤੇ। ਪਾਰਲੀਮੈਂਟ 'ਚ ਮੁੱਦਾ ਉਠਾਇਆ ਸੀ ਕਿ ਜਦੋਂ ਅਸੀਂ ਗੱਡੀ ਖਰੀਦਦੇ ਹਾਂ ਸ਼ੋਰੂਮ ਦੇ ਵਿੱਚੋਂ ਤਾਂ 8% ਉਸ ਗੱਡੀ ਦੀ ਕੀਮਤ ਤੇ ਸਾਨੂੰ ਰੋਡ ਟੈਕਸ ਦੇਣਾ ਪੈਂਦਾ, ਦਿੰਦੇ ਹਾਂ ਨਾ ਰੋਡ ਟੈਕਸ ਉਹਦੀ ਕੀਮਤ ਤੇ ਜਿੰਨੀ ਦੀ ਵੀ ਗੱਡੀ ਹੈ। ਤਾਂ ਫਿਰ ਰੋਡ ਟੈਕਸ ਮਤਲਬ ਸੜਕਾਂ ਦਾ ਟੈਕਸ, ਵੀ ਗੱਡੀ ਸੜਕਾਂ ਤੇ ਤੁਰੂਗੀ ਤੇ ਸੜਕਾਂ ਤੇ ਤੁਸੀਂ ਆ ਲਾਤੇ ਤੇ ਅਸੀਂ ਕਿਹੜੀ ਸੜਕ ਤੋਂ ਜਾਈਏ ਫਿਰ, ਜਾਂ ਉਹ ਟੈਕਸ ਫਿਰ ਕਿਹੜੀਆਂ ਸੜਕਾਂ ਦਾ ਹੈ ਜਿਹੜਾ ਸਾਥੋਂ ਉੱਥੇ ਲੈਣੇ ਹੋ, ਜਦੋਂ ਅਸੀਂ ਸੜਕ ਹੀ ਕਿਰਾਏ ਤੇ ਲੈਣੀ ਹੈ, ਮਤਲਬ 90 ਰੁਪਏ ਦੇ ਕੇ ਸੜਕ 24 ਘੰਟਿਆਂ ਵਾਸਤੇ ਆਪਣੇ ਕੋਲ ਕਿਰਾਏ ਤੇ ਹੋ ਗਈ, ਫਿਰ ਜਿਹੜੀ ਸਾਡੇ ਤੋਂ ਉਹ ਪੈਸੇ ਲੈਂਦੇ ਹਾਂ ਫਿਰ ਉਹ ਕਿੱਧਰ ਗਏ। ਸੋ ਵੀਰੋ, ਇਹੋ ਜਿਹੇ ਕਲੋਜ਼ ਪਾ ਲਏ, ਇਹੋ ਜਿਹੇ ਐਗਰੀਮੈਂਟ ਕਰ ਲਏ, ਮੇਰੇ ਕੋਲ ਇਹ ਫਾਈਲ ਆਈ, ਮੈਂ ਕੋਈ ਕਿਸੇ ਦਾ ਵਿਰੋਧ ਕਰਨ ਨਹੀਂ ਆਇਆ, ਮੈਂ ਦੱਸਣ ਆਇਆ ਤੁਹਾਨੂੰ, ਕਿਉਂਕਿ ਮੈਂ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਸਾਰਾ ਦੱਸ ਦੇਣਾ ਉਹਨਾਂ। ਫਾਈਲ ਆਈ, ਕਹਿੰਦੀ ਜਾਂ 6 ਮਹੀਨੇ ਵਧਾਓ ਜਾਂ 50 ਕਰੋੜ ਤੋਂ ਉੱਪਰ ਪੈਸੇ ਦੇਣੇ ਪੈਣੇ। ਮੈਂ ਕਾਹਦੇ? ਕਹਿੰਦੇ ਸੰਗਰੂਰ ਤੋਂ ਲੁਧਿਆਣੇ ਵਾਲੇ ਤੋਂ ਉਹਨੇ ਟੋਲ ਪਲਾਜ਼ੇ ਵਾਲੇ ਮੰਗਦੇ ਨੇ। ਮੈਂ ਕਾਹਦੇ ਮੰਗਦੇ? ਕਹਿੰਦੇ ਜੀ ਕਿਸਾਨ ਅੰਦੋਲਨ ਕਰਕੇ ਘਾਟਾ ਪੈ ਗਿਆ ਤੇ ਕੋਰੋਨਾ ਕਰਕੇ ਘਾਟਾ ਪੈ ਗਿਆ, 6 ਮਹੀਨੇ ਵਧਾਓ ਜੀ, ਇਹਦੇ 6 ਮਹੀਨੇ ਅਸੀਂ ਵੋਟ ਚਲਾਵਾਂਗੇ ਜਾਂ ਫਿਰ ਤੁਹਾਨੂੰ ਪੈ ਜਾਏ। ਮੈਂ ਕਿਹਾ ਜੇ ਮੈਂ ਦੋਨੇ ਨਾ ਕਰਾਂ
कहिंदे जी तुहाडी मर्जी है। मैं कहा जी कोरोना जिहड़ा है वह नैशनल डिजास्टर है, देश से कुदरती पूरी दुनिया से कुदरती आफत आई, वह कहड़ा कल इस एरिए आई सी, कोरोना करके होर बहुत सारे लोगों के बिजनेस डाउन हो गए, उन्होंने भी तो घाटा च ले लिया, तुम चलो ना ये कहते ना कोरोना साढ़े ते नहीं आया, कोरोना लोगों पर आया। बस नंबर दो किसान अंदोलन, मोदी जी ने गलत कानून बनाते, तीन एक साल किसान उत्थे बैठे बॉर्डर पर, अज रात 12 बजे तो बाद यह तो कहाड़ा ये दोनों टोल प्लाजे बंद हो गए। हुण इत्थों इधर सूए पै के नानकियां ने कोई निकल की लोड़ नहीं, इधर उधरों चोरियों जाने की लोड़ नहीं, छाती चौड़ी करके अपनी गड्डी अपना मोटरसाइकिल लैके इसे सड़क पर आओ, ये थोड़े पैसे नाल ही बनी हुई है।